ਗੁਰੂ ਨਾਨਕ ਦੇਵ ਜੀ ਬਾਰੇ ਓਸ਼ੋ ਦੇ ਵਿਚਾਰ। ਨਾਨਕ ਦੀ ਇੱਕ ਹੀ ਵਿਧੀ ਹੈ ਅਤੇ ਉਹ ਵਿਧੀ ਹੈ ਪਰਮਾਤਮਾ ਦੀ ਮਰਜ਼ੀ। ਉਹ ਜਿਹੋ ਜਿਹਾ ਕਰਾਵੇ, ਉਹ ਜਿਸ ਤਰ੍ਹਾਂ ਰੱਖੇ। ਇੰਝ ਹੋਇਆ ਕਿ ਬਲਖ ਦਾ ਇੱਕ ਨਵਾਬ ਸੀ ਇਬਰਾਹੀਮ। ਉਹਨੇ ਬਾਜ਼ਾਰ 'ਚੋਂ ਇੱਕ ਗੁਲਾਮ ਖਰੀਦਿਆ। ਗੁਲਾਮ ਬੜਾ ਸਿਹਤਮੰਦ ਅਤੇ ਤੇਜਸਵੀ ਸੀ। ਇਬਰਾਹੀਮ ਉਹਨੂੰ ਘਰ ਲੈ ਆਇਆ। ਇਬਰਾਹੀਮ ਉਹਦੇ ਪਿਆਰ 'ਚ ਹੀ ਪੈ ਗਿਆ। ਆਦਮੀ ਬੜਾ ਪ੍ਰਭਾਵਸ਼ਾਲੀ ਸੀ। ਇਬਰਾਹੀਮ ਨੇ ਪੁੱਛਿਆ, ਤੂੰ ਕਿਵੇਂ ਰਹਿਣਾ ਪਸੰਦ ਕਰੇਗਾ? ਤਾਂ ਉਸ ਗੁਲਾਮ ਨੇ ਮੁਸਕਰਾ ਕੇ ਕਿਹਾ, ਮਾਲਕ ਦੀ ਜੋ ਮਰਜ਼ੀ, ਮੇਰਾ ਕੀ, ਮੇਰੇ ਹੋਣ ਦਾ ਕੀ ਅਰਥ? ਤੁਸੀਂ ਜਿਵੇਂ ਰੱਖੋਗੇ ਉਵੇਂ ਰਹਾਂਗਾ। ਇਬਰਾਹੀਮ ਨੇ ਪੁੱਛਿਆ, ਤੂੰ ਕੀ ਪਹਿਨਣਾ, ਕੀ ਖਾਣਾ ਪਸੰਦ ਕਰਦਾ? ਉਹਨੇ ਕਿਹਾ, ਮੇਰੀ ਕੀ ਪਸੰਦ, ਮਾਲਕ ਜਿਹੋ ਜਿਹਾ ਪਵਾਏਗਾ ਪਾ ਲਾਂਗੇ, ਮਾਲਕ ਜਿੱਦਾਂ ਦਾ ਖਵਾਏਗਾ ਖਾ ਲਵਾਂਗਾ। ਇਬਰਾਹੀਮ ਨੇ ਪੁੱਛਿਆ, ਤੇਰਾ ਨਾਮ ਕੀ ਹੈ, ਕੀ ਨਾਂ ਲੈ ਕੇ ਤੈਨੂੰ ਬੁਲਾਵਾਂ? ਉਹਨੇ ਕਿਹਾ, ਮਾਲਕ ਦੀ ਜੋ ਮਰਜ਼ੀ, ਮੇਰਾ ਕੀ ਨਾਂ, ਦਾਸ ਦਾ ਕੋਈ ਨਾਂ ਹੁੰਦਾ? ਜੋ ਨਾਂ ਤੁਸੀਂ ਦਿਓ। ਕਹਿੰਦੇ ਹਨ ਇਬਰਾਹੀਮ ਦੇ ਜੀਵਨ 'ਚ ਕ੍ਰਾਂਤੀ ਆ ਗਈ। ਉੱਠ ਕੇ ਉਸ ਗੁਲਾਮ ਦੇ ਪੈਰੀਂ ਪਿਆ ਅਤੇ ਕਿਹਾ, ਤੂੰ ਮੈਨੂੰ ਭੇਦ ਦੱਸ ਦਿੱਤਾ ਜਿਸ ਦੀ ਮੈਂ ਭਾਲ ਵਿੱਚ ਸੀ। ਹੁਣ ਇਹੀ ਮੇਰਾ ਅਤੇ ਮੇਰੇ ਮਾਲਕ ਦਾ ਰਿਸ਼ਤਾ, ਤੂੰ ਮੇਰਾ ਗੁਰੂ ਹੈ। ਤਦ ਤੋਂ ਇਬਰਾਹੀਮ ਸ਼ਾਂਤ ਹੋ ਗਿਆ, ਜੋ ਬਹੁਤੇ ਦਿਨਾਂ ਦੇ ਧਿਆਨ ਨਾਲ ਨਹੀਂ ਸੀ ਹੋਇਆ, ਜੋ ਬਹੁਤ ਦਿਨ ਨਮਾਜ਼ ਪੜ੍ਹਨ ਨਾਲ ਨਹੀਂ ਸੀ ਹੋਇਆ, ਉਸ ਗੁਲਾਮ ਦੇ ਸੂਤਰ ਨਾਲ ਮਿਲ ਗਿਆ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋਚੋ, ਥੋੜ੍ਹਾ ਪ੍ਰਯੋਗ ਕਰੋ, ਜਿਵੇਂ ਰੱਖੇ ਰਹੋ। ਆਪਣੇ ਵੱਲੋਂ ਤੁਸੀਂ ਬਹੁਤ ਕੋਸ਼ਿਸ਼ ਕਰਕੇ ਵੇਖ ਲਈ, ਕੀ ਹੋਇਆ? ਤੁਸੀਂ ਉਹੋ ਜਿਹੇ ਹੋ ਜਿਹੋ ਜਿਹਾ ਉਹਨੇ ਭੇਜਿਆ ਸੀ। ਉਸ ਤੋਂ ਖਰਾਬ ਭਾਵੇਂ ਹੋ ਗਏ ਹੋਵੋ, ਉਸ ਤੋਂ ਵਧੀਆ ਨਹੀਂ ਹੋਇਓ। ਜਿਸ ਤਰ੍ਹਾਂ ਦੇ ਆਏ ਸੀ ਬਾਲਪਨ 'ਚ ਭੋਲੇ ਭਾਲੇ, ਉਨਾ ਵੀ ਨਹੀਂ ਬਚਿਆ ਹੱਥ ਵਿੱਚ। ਸਲੇਟ ਗੰਦੀ ਹੋ ਗਈ, ਤੁਸੀਂ ਸਭ ਕੁਝ ਲਿਖ ਮਾਰਿਆ, ਖੱਟਿਆ ਕੀ ਹੈ? ਸਵਾਏ ਦੁੱਖ ਤਨਾਓ ਕਲੇਸ਼ ਦੇ ਕੀ ਤੁਹਾਡੇ ਹੱਥ ਲੱਗਾ? ਥੋੜ੍ਹੇ ਦਿਨ ਨਾਨਕ ਦੀ ਸੁਣ ਕੇ ਵੇਖੋ, ਛੱਡ ਦਿਓ ਉਹਦੇ ਉੱਤੇ। ਇਸ ਲਈ ਨਾਨਕ ਕਹਿੰਦੇ ਹਨ, ਨਾ ਜਪ, ਨਾ ਤਪ, ਨਾ ਧਿਆਨ, ਨਾ ਧਾਰਨਾ, ਇੱਕ ਹੀ ਸਾਧਨਾ ਹੈ, ਉਹ ਹੈ ਉਹਦੀ ਮਰਜ਼ੀ। ਜਿਵੇਂ ਤੁਹਾਨੂੰ ਖਿਆਲ ਆਏਗਾ ਉਹਦੀ ਮਰਜ਼ੀ ਦਾ, ਅੰਦਰ ਸਾਰਾ ਹਲਕਾ ਹੋ ਜਾਏਗਾ। ਇੱਕ ਗਹਿਰੀ ਸ਼ਾਂਤੀ, ਅੰਦਰ ਇੱਕ ਮੀਂਹ ਵਰਨ ਲੱਗਦਾ ਹੈ, ਜਿੱਥੇ ਕੋਈ ਤਣਾਓ ਨਹੀਂ, ਕੋਈ ਚਿੰਤਾ ਨਹੀਂ। ਪੱਛਮ 'ਚ ਇੰਨੀ ਚਿੰਤਾ ਅਤੇ ਤਣਾਓ ਹੈ, ਪੂਰਬ ਨਾਲੋਂ ਬਹੁਤ ਵਧੇਰੇ ਹੈ। ਹਾਲਾਂਕਿ ਪੂਰਬ ਬਹੁਤ ਗਰੀਬ ਹੈ, ਦੁਖੀ ਹੈ, ਬਿਮਾਰ ਹੈ, ਰੋਗੀ ਹੈ, ਭੋਜਨ ਨਹੀਂ, ਕੱਪੜੇ ਨਹੀਂ, ਛੱਪਰ ਨਹੀਂ। ਪੱਛਮ 'ਚ ਸਭ ਹੈ, ਫਿਰ ਵੀ ਚਿੰਤਾ, ਤਣਾਓ, ਇੰਨਾ ਤਣਾਓ ਹੈ ਕਿ ਲਗਭਗ 4 ਆਦਮੀਆਂ ਵਿੱਚ 3 ਆਦਮੀ ਪਾਗਲਪਨ ਦੀ ਹਾਲਤ ਵਿੱਚ ਹੋ ਗਏ ਹਨ। ਕੀ ਕਾਰਨ ਹੈ? ਕਿਉਂਕਿ ਪੱਛਮ ਨੇ ਆਪਣੀ ਮਰਜ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਆਦਮੀ ਨੂੰ ਪੱਛਮ 'ਚ ਭਰੋਸਾ ਹੈ, ਅਸੀਂ ਸਾਰਾ ਕੁਝ ਕਰ ਲਵਾਂਗੇ, ਭਗਵਾਨ ਦੇ ਸਹਾਰੇ ਦੀ ਕੋਈ ਲੋੜ ਨਹੀਂ, ਭਗਵਾਨ ਹੈ ਹੀ ਨਹੀਂ, ਆਦਮੀ ਸਾਰਾ ਕੁਝ ਕਰ ਲਏਗਾ। ਉਹਨੇ ਬਹੁਤ ਕੁਝ ਕਰ ਵੀ ਲਿਆ, ਪਰ ਆਦਮੀ ਬਿਲਕੁਲ ਗੁਆਚ ਗਿਆ, ਪਾਗਲ ਹੁੰਦਾ ਜਾ ਰਿਹਾ। ਬਾਰ ਬਾਰ ਕੁਝ ਕਰ ਲਿਆ, ਅੰਦਰ ਸਾਰਾ ਰੋਗੀ ਹੋ ਗਿਆ। ਜੇਕਰ ਤੁਹਾਡੇ ਜੀਵਨ 'ਚ ਇਹ ਸੂਤਰ ਉਤਰ ਜਾਏ ਤਾਂ ਕੁਝ ਕਰਨ ਨੂੰ ਨਹੀਂ ਬਚਦਾ। ਜਿਹੋ ਜਿਹਾ ਹੋ ਰਿਹਾ ਹੋਣ ਦਿਓ।
ਤੁਸੀਂ ਤਰੋ ਨਾ ਵਹੋ, ਨਦੀ ਨਾਲ ਲੜਾਈ ਨਾ ਕਰੋ, ਨਦੀ ਵੈਰੀ ਨਹੀਂ ਹੈ, ਦੋਸਤ ਹੈ। ਤੁਸੀਂ ਵਹੋ, ਲੜਾਈ ਨਾਲ ਵੈਰ ਪੈਦਾ ਹੁੰਦਾ। ਜਦ ਤੁਸੀਂ ਉਲਟੀ ਧਾਰ ਤਰਨ ਲੱਗਦੇ ਹੋ ਤਾਂ ਨਦੀ ਤੁਹਾਡੇ ਨਾਲ ਸੰਘਰਸ਼ ਕਰਦੀ ਹੈ। ਤੁਸੀਂ ਸੋਚਦੇ ਹੋ ਨਦੀ ਤੁਹਾਡੇ ਨਾਲ ਦੁਸ਼ਮਣੀ ਲੈ ਰਹੀ ਹੈ। ਨਦੀ ਨਾਲ ਕੀ ਦੁਸ਼ਮਣੀ? ਨਦੀ ਨੂੰ ਤੁਹਾਡਾ ਪਤਾ ਵੀ ਨਹੀਂ। ਤੁਸੀਂ ਆਪਣੇ ਹੱਥ ਉਲਟੀ ਧਾਰ ਵਹਿ ਰਹੇ ਹੋ। ਤੁਹਾਡੀ ਮਰਜ਼ੀ, ਯਾਨੀ ਉਲਟੀ ਧਾਰ, ਹੰਕਾਰ ਯਾਨੀ ਪੁੱਠੀ ਧਾਰਾ, ਉਹਦੀ ਮਰਜ਼ੀ। ਤੁਸੀਂ ਧਾਰ ਦੇ ਨਾਲ ਇੱਕ ਹੋ ਗਏ। ਹੁਣ ਨਦੀ ਜਿੱਥੇ ਲੈ ਜਾਏ ਉਹੀ ਮੰਜ਼ਿਲ, ਜਿੱਥੇ ਲਾ ਦੇਵੇ ਉਹੀ ਕੰਢਾ, ਡੁਬਾ ਦੇਵੇ ਤਾਂ ਉਹ ਵੀ ਮੰਜ਼ਿਲ। ਫਿਰ ਕਾਹਦੀ ਚਿੰਤਾ, ਫਿਰ ਕਾਹਦਾ ਦੁੱਖ? ਤੁਸੀਂ ਦੁੱਖ ਦੀ ਜੜ ਕੱਟ ਦਿੱਤੀ। ਬੜਾ ਕੀਮਤੀ ਇਹ ਸੂਤਰ ਹੈ। ਨਾਨਕ ਕਹਿੰਦੇ ਹਨ, ਉਹਦੇ ਹੁਕਮ ਅਤੇ ਉਹਦੀ ਮਰਜ਼ੀ ਦੇ ਅਨੁਸਾਰ, ਜਿਵੇਂ ਉਹਨੇ ਨਿਸ਼ਚਿਤ ਕਰ ਰੱਖਿਆ, ਲਿਖ ਰੱਖਿਆ, ਉਹਦੇ ਅਨੁਸਾਰ ਚੱਲਣ ਨਾਲ ਇਹ ਹੋ ਸਕਦਾ ਹੈ। ਤਾਂ ਨਾਨਕ ਨੇ ਹੰਕਾਰ ਦੇ ਸਾਰੇ ਦੁਆਰ ਬੰਦ ਕਰ ਦਿੱਤੇ। ਪਹਿਲਾਂ ਤਾਂ ਗੁਰਪ੍ਰਸਾਦ ਕਿ ਤੁਸੀਂ ਜੋ ਵੀ ਕਰੋ, ਜੋ ਵੀ ਉਪਲਬਧ ਹੋਵੇ ਉਹ ਗੁਰੂ ਦੀ ਕਿਰਪਾ, ਅਤੇ ਫਿਰ ਜੋ ਵੀ ਹੋਵੇ ਜੀਵਨ ਦੀ ਧਾਰਾ ਜਿੱਥੇ ਲੈ ਜਾਏ ਉਹਦਾ ਹੁਕਮ। ਫਿਰ ਹੋਰ ਕੁਝ ਕਰਨ ਨੂੰ ਬਚਦਾ ਨਹੀਂ, ਅਤੇ ਬਹੁਤੀ ਦੇਰ ਨਹੀਂ ਲੱਗੇਗੀ, ਤੁਹਾਨੂੰ ਵੀ ਪਤਾ ਲੱਗ ਜਾਏ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ। ਧੰਨਵਾਦ।